शुरू की आ ड्राइंग तो मेरी हूँ सोहनी होंगी जाती। मैं बच्चों यही कहनी कि यह चीज़ तो डरते जो तो तुम भी ना डरो तो अपनी और डर भजाओ तो वह करो अपना काम। ਵੇਖੀ ਪਿੰਡ ਵਿਖੇ ਇੱਕ 10 ਸਾਲ ਦੀ ਬੱਚੀ ਵੱਲੋਂ ਬਣਾਈਆਂ ਜਾ ਰਹੀਆਂ ਭਗਵਾਨ ਵਿਸ਼ਨੂੰ, ਸ਼ਿਵ, ਭਗਵਾਨ ਰਾਧਾ ਕ੍ਰਿਸ਼ਨ ਅਤੇ ਸੀਤਾ ਰਾਮ ਜੀ, ਹਨੂੰਮਾਨ ਜੀ ਦੀ ਪੇਂਟਿੰਗ ਦੀ ਕਲਾ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਭਿੱਖੀ ਪਿੰਡ ਦੀ 10 ਸਾਲ ਦੀ ਬੱਚੀ ਜਾਨਵੀ ਧਵਨ, ਜੋ ਕਿ ਕੇਂਦਰੀ ਵਿਦਿਆਲਾ BSF ਸਕੂਲ ਵਿੱਚ 6ਵੀਂ ਕਲਾਸ 'ਚ ਭਿੱਖੀ ਪਿੰਡ ਪੜ੍ਹਦੀ ਹੈ ਅਤੇ ਲੋਕਡਾਊਨ ਦੇ ਦੌਰਾਨ ਉਸਨੇ ਆਪਣਾ ਮਨ ਬਣਾਇਆ ਕਿ ਉਹ ਆਨਲਾਈਨ ਪੜ੍ਹਾਈ ਤੋਂ ਬਾਅਦ ਹਰ ਰੋਜ਼ ਪੇਂਟਿੰਗ ਦੌਰਾਨ ਭਗਵਾਨ ਸ਼ਿਵ, ਭਗਵਾਨ ਵਿਸ਼ਨੂੰ, ਭਗਵਾਨ ਰਾਧਾ ਕ੍ਰਿਸ਼ਨ, ਭਗਵਾਨ ਸ਼੍ਰੀ ਰਾਮ, ਸ਼੍ਰੀ ਹਨੂੰਮਾਨ ਆਦਿ ਦੀ ਪੇਂਟਿੰਗ ਬਣਾਵੇਗੀ। ਜਿਸ ਗੱਲ ਨੂੰ ਲੈ ਕੇ ਉਸਨੇ ਆਪਣੇ ਮਨ ਦੀ ਤਮੰਨਾ ਪੂਰੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਉਸਦੇ ਪਿਤਾ ਨਰਿੰਦਰ ਧਵਨ ਅਤੇ ਜਾਨਵੀ ਦੀ ਮਾਤਾ ਮਮਤਾ ਧਵਨ ਵੱਲੋਂ ਵੀ ਆਪਣੀ ਬੇਟੀ ਦਾ ਭਰਪੂਰ ਸਾਥ ਦਿੱਤਾ ਗਿਆ। ਜਿਸ ਤੋਂ ਬਾਅਦ ਉਹ ਪੇਂਟਿੰਗ ਵਿੱਚ ਇੰਨੀ ਜ਼ਿਆਦਾ ਕਾਰਗਰ ਹੋਈ ਕਿ ਇਸ 10 ਸਾਲ ਦੀ ਬੱਚੀ ਨੇ ਭਗਵਾਨ ਦੇ ਹਰ ਰੂਪ ਦੀ ਪੇਂਟਿੰਗ ਬਣਾ ਦਿੱਤੀ ਅਤੇ ਇਹੀ ਬੱਚੀ ਇਲਾਕੇ ਵਿੱਚ ਪੇਂਟਿੰਗਾਂ ਨੂੰ ਲੈ ਕੇ ਕਾਫੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਪਹਿਲਾਂ ਮੈਨੂੰ ਬਿਲਕੁਲ ਨਹੀਂ ਆਉਂਦੀ ਸੀ, ਲੋਕਡਾਊਨ 'ਚ ਮੈਂ ਧੀਰੇ ਧੀਰੇ ਟਰਾਈ ਕੀਤਾ, ਹੱਥ ਸਾਫ਼ ਹੁੰਦਾ ਗਿਆ। ਸਾਡੇ ਫੈਮਿਲੀ ਵਾਲੇ ਕਹਿੰਦੇ ਕਿ ਤੁਸੀਂ ਸ਼ੁਰੂ ਕਰੋ, ਫਿਰ ਮੈਂ ਹੌਲੀ ਹੌਲੀ ਕਰਦੀ ਗਈ, ਜ਼ਿਆਦਾ ਹੱਥ ਸਾਫ਼ ਹੁੰਦਾ ਗਿਆ। ਕਿਹੜੀ ਕਿਹੜੀ ਪੇਂਟਿੰਗ ਜਿਹੜੀ ਹੁਣ ਤੱਕ ਤੁਸੀਂ ਬਣਾਈ? ਮੈਂ ਜ਼ਿਆਦਾਤਰ ਤਾਂ ਭਗਵਾਨਾਂ ਦੀ ਬਣਾਈ ਹੈ, ਦੂਸਰੀਆਂ ਮੈਂ ਘੱਟ ਹੀ ਬਣਾਈ। ਹੁਣ ਕਿਹੜੀ ਮੇਨ ਜਿਹੜੀ ਪੇਂਟਿੰਗ ਹੈ ਜਿਹੜੇ ਲੋਕ ਅਕਸਰ ਹੁੰਦੇ ਨੇ ਤੁਹਾਨੂੰ ਵੇਖਣ ਆਉਂਦੇ ਨੇ, ਕਿੱਥੇ ਲਾਈ ਹੈ ਪੇਂਟਿੰਗ? ਉਹ ਮੈਂ ਮੰਦਿਰ 'ਚ ਲਗਾਈ ਹੈ ਅਤੇ ਉਹ 'ਚ ਬਾਬਾ ਸਾਰੇ ਭਗਵਾਨਾਂ ਦੀ ਫੋਟੋ ਹੈਗੀ। ਹੁਣ ਕਿਹੜੀ ਕਿਹੜੀ ਜਿਹੜੀ ਪੇਂਟਿੰਗ ਬਣਾਈ, ਕਿਸ ਕਿਸ ਦੀ ਬਣਾਈ? ਉਹਦੇ ਵਿੱਚ ਮੈਂ ਸ਼ਿਵਜੀ ਜੀ ਦੀ ਬਣਾਈ ਆ, ਗਣੇਸ਼ ਜੀ ਦੀ ਬਣਾਈ ਆ, ਸਰਸਵਤੀ ਮਾਤਾ ਜੀ ਦੀ ਬਣਾਈ ਆ, ਲਕਸ਼ਮੀ ਮਾਤਾ ਜੀ ਦੀ ਬਣਾਈ ਆ, ਕ੍ਰਿਸ਼ਨ ਜੀ ਦੀ ਬਣਾਈ ਆ ਤੇ ਵਿਸ਼ਨੂੰ ਭਗਵਾਨ ਜੀ ਦੀ ਬਣਾਈ ਆ। ਮਾਤਾ ਪਿਤਾ ਦਾ ਕਿਸ ਤਰੀਕੇ ਨਾਲ ਸਾਥ ਮਿਲਦਾ? ਮਾਤਾ ਪਿਤਾ ਦਾ ਬਹੁਤ ਸਾਥ ਮਿਲਦਾ, ਉਹ ਬਹੁਤ ਪ੍ਰੋਤਸਾਹਿਤ ਕਰਦੇ ਆ ਕਿ ਤੁਸੀਂ ਬਣਾਓ ਤੇ ਵਧੀਆ ਬਣਾਉਣੀ, ਉਹ ਹੋਰ ਜ਼ਿਆਦਾ ਮੈਨੂੰ ਕਰਦੇ। ਕਿਹੜੇ ਸਕੂਲੇ ਪੜ੍ਹਦੇ? ਮੈਂ ਕੇਂਦਰੀ ਵਿਦਿਆਲਿਆ 'ਚ ਪੜ੍ਹਦੀ। ਉੱਥੇ ਵੀ ਇਹ ਸਿਖਾਉਂਦੇ? ਹਾਂਜੀ, ਉੱਥੇ ਸਿਖਾਉਂਦੇ ਨੇ। ਕਿਸ ਤਰ੍ਹਾਂ ਦਾ ਸਾਥ ਮਿਲਦਾ ਸਕੂਲ ਵੱਲੋਂ? ਉੱਥੇ ਵੀ ਮੇਰੇ ਵਿਨੇ ਸਰ ਮੈਨੂੰ ਵਾਹਵਾ ਸਾਥ ਦਿੰਦੇ ਆ ਕਿ ਬੇਟਾ ਤੂੰ ਬਹੁਤ ਵਧੀਆ ਬਣਾਉਂਦੀ ਆ। ਉਹ ਮੈਨੂੰ ਧੀਰੇ ਧੀਰੇ ਕਦੇ ਕਦੇ ਵੱਖਰੇ ਪੀਰੀਅਡ 'ਚ ਲਾ ਕੇ ਮੈਨੂੰ ਸਮਝਾਉਂਦੇ ਹੁੰਦੇ ਇੱਦਾਂ ਬਣਾਉਣੀ ਇੱਦਾਂ ਬਣਾਉਣੀ। ਕੀ ਕਹਿਣਾ ਚਾਹੁੰਦੇ ਬੱਚਿਆਂ ਨੂੰ? ਮੈਂ ਬੱਚੇ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਪਹਿਲਾਂ ਮੈਨੂੰ ਬਹੁਤ ਡਰ ਲੱਗਦਾ ਸੀ ਕਿ ਡਰਾਇੰਗ ਕਿੱਦਾਂ ਬਣਾਉਣੀ ਚਾਹੀਦੀ ਹੈ, ਅਤੇ ਹੁਣ ਮੈਂ ਆਪਣੀ ਆਪਣੇ ਡਰ ਨੂੰ ਹਟਾ ਕੇ ਅਤੇ ਸ਼ੁਰੂ ਕੀਤੀ ਆ ਡਰਾਇੰਗ, ਅਤੇ ਮੇਰੀ ਹੁਣ ਸੋਹਣੀ ਹੁੰਦੀ ਜਾਂਦੀ। ਮੈਂ ਬੱਚਿਆਂ ਨੂੰ ਇਹੀ ਕਹਿੰਦੀ ਕਿ ਇਹ ਚੀਜ਼ ਤੋਂ ਤੁਸੀਂ ਡਰਦੇ ਜੋ ਅਤੇ ਤੁਸੀਂ ਵੀ ਨਾ ਡਰੋ ਅਤੇ ਆਪਣੀ ਉਹ ਡਰ ਨੂੰ ਭਜਾਓ ਅਤੇ ਉਹ ਕਰੋ ਆਪਣਾ ਕੰਮ। ਕੀ ਨਾਮ ਭਾਈ ਤੁਹਾਡੇ? ਨਰਿੰਦਰ ਕੁਮਾਰ ਸਮਾਈ। ਕੀ ਨਾਮ ਤੁਹਾਡੀ ਬੇਟੀ ਦਾ ਜੀ? ਜਾਨਵੀ ਧਵਨ। ਇਹ ਜਿਸ ਤਰੀਕੇ ਨਾਲ ਵੇਖਿਆ ਜਾ ਰਿਹਾ ਕਿ ਪੇਂਟਿੰਗ ਕਿੱਡੀਆਂ ਸੋਹਣੀਆਂ ਸੁੰਦਰ ਸੁੰਦਰ ਪੇਂਟਿੰਗਾਂ ਬਣਾਉਂਦੀਆਂ, ਕਿਸ ਤਰ੍ਹਾਂ ਦਾ ਤੁਹਾਨੂੰ ਉਤਸ਼ਾਹ ਜਾਗਦਾ ਕਿ ਤੁਹਾਡੀ ਇੱਕ ਛੋਟੀ ਬੇਟੀ ਨਿੱਕੀ ਜਿਹੀ ਉਮਰ ਵਿੱਚ ਇਹੋ ਜਿਹੇ ਉਪਰਾਲੇ ਕਰਦੀ? ਸਾਨੂੰ ਇਹਦੇ ਤੇ ਬਹੁਤ ਫਖਰ ਆ, ਕਿਸੇ ਦਿਨ ਨੂੰ ਸਾਡਾ ਨਾਂ ਜਿਹੜਾ ਉੱਚਾ ਕਰੇਗੀ ਵੀ ਇਹੋ ਜਿਹੇ ਬੱਚਿਆਂ ਦੇ ਕਾਫੀ ਜਿਹੜਾ ਉਤਸ਼ਾਹ ਹੋਣਾ ਚਾਹੀਦਾ ਆ, ਜਿਹੜਾ ਮਾਂ ਪਿਓ ਦਾ ਜਿਹੜਾ ਨਾਂ ਉੱਚਾ ਕਰਦੀ ਆ, ਨਿੱਕੀ ਨਿੱਕੀ ਪੇਂਟਿੰਗ ਕਰਨੀ, ਔਰ ਵਿਸ਼ਨੂੰ ਭਗਵਾਨ ਜੀ ਦੀ, ਸ਼ੰਕਰ ਭਗਵਾਨ ਜੀ ਦੀ, ਔਰ ਕਾਫੀ ਇਤਿਹਾਸਕ ਜਿਹੜੀ ਇਹਨਾਂ ਨੇ ਪੇਂਟਿੰਗ ਬਣਾਈ ਆ ਜਿਹੜੀ ਸ਼ਲਾਘਾਯੋਗ ਆ। ਕੀ ਇਸ ਸੰਬੰਧੀ ਤੁਸੀਂ ਬੱਚੇ ਹੋਰ ਵੀ ਬੱਚਿਆਂ ਨੂੰ ਜਾਂ ਲੜਕੀਆਂ ਨੂੰ ਕੀ ਸੰਦੇਸ਼ ਤੁਸੀਂ ਆਪਣੇ ਵੱਲੋਂ ਦੇਣਾ ਚਾਹੁੰਦੇ? ਆਪਾਂ ਆਮ ਆਨੇ ਆ ਬਈ ਲੜਕੀ ਜਿਹੜੀ ਆ ਅਸੀਂ ਉਹਦਾ ਪ੍ਰਿਓ ਹੱਤਿਆ ਕਰ ਦਿੰਦੇ ਆ। ਮੈਂ ਉਹਨਾਂ ਨੇ ਇੱਥੋਂ ਸਿਕਸ਼ਾ ਲੈਣੀ ਚਾਹੀਦੀ ਆ, ਜਿਹੜੀ ਲੜਕੀ ਆ ਲੜਕਿਆਂ ਨਾਲ ਵੀ ਜਿਹੜਾ ਮਾਂ ਪਿਓ ਦਾ ਜਿਹੜਾ ਸੰਯੋਗ ਦੇ ਸਕਦੀ ਆ। ਮੇਰਾ ਨਾਂ ਹੈ ਮਮਤਾ ਧਵਨ। ਜਿਹੜੇ ਅੱਜ ਬੱਚੇ ਤੁਹਾਡੇ ਵੱਲੋਂ ਜਿਹੜੀ ਆ ਪੇਂਟਿੰਗਾਂ ਬਣਾਈਆਂ ਜਾ ਰਹੀਆਂ ਨੇ, ਕਿਸ ਤਰੀਕੇ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਜੀ? ਮੈਨੂੰ ਬਹੁਤ ਵਧੀਆ, ਬਹੁਤ ਅੱਛਾ ਲੱਗ ਰਿਹਾ ਕਿ ਮੇਰਾ ਬੱਚਾ ਕੋਈ ਮੇਰਾ ਨਾਮ ਉੱਚਾ ਕਰ ਰਿਹਾ ਹੈ। ਮੇਰੇ ਬੱਚੇ ਛੋਟੀ ਜਿਹੀ ਉਮਰ ਦੇ ਵਿੱਚ ਇਹਨੂੰ ਇੰਨਾ ਮਤਲਬ ਕਿ ਲਗਨ ਹੈਗੀ ਆ, ਤੇ ਮੈਂ ਇਹਨੂੰ ਇਸ ਚੀਜ਼ ਤੋਂ ਟੋਕਣਾ ਨਹੀਂ ਚਾਹੁੰਦੀ ਕਿ ਮੇਰਾ ਬੱਚਾ ਕਿਤੇ ਕਾਮਯਾਬ ਹੋ ਜਾਵੇ। ਕਿੰਨੀ ਉਮਰ ਹੈ ਗੁੜੀਆ ਦੀ? ਇਹ 10 ਸਾਲ ਦੀ ਹੈ ਸਾਰੀ ਅਜੇ। ਇੱਥੇ ਲੋਕਡਾਊਨ ਦੇ ਵਿੱਚ ਵੀ ਇਸ ਤਰ੍ਹਾਂ ਹੀ ਪੇਂਟਿੰਗਾਂ? ਹਾਂਜੀ ਹਾਂਜੀ, ਇਹ ਲੱਗੀ ਰਹਿੰਦੀ ਹੈ ਤੇ ਮੈਂ ਇਹਨੂੰ ਕਦੀ ਨਹੀਂ ਟੋਕਿਆ। ਮੈਂ ਕਹਿੰਦੀ ਚਲੋ ਤੇਰੇ ਦਿਲ ਦੀ ਖੁਆਇਸ਼ ਹੈ ਤੇ ਤੂੰ ਆਪਦਾ ਲੱਗੀ ਰਹਿ। ਸਕੂਲ ਵੱਲੋਂ ਵੀ ਸਾਥ ਮਿਲ ਰਿਹਾ? ਹਾਂਜੀ, ਇਹਨਾਂ ਦੇ ਸਰ, ਇਹਨਾਂ ਦੇ ਮੈਡਮ ਬਹੁਤ ਵਧੀਆ ਨੇ ਸਾਰੇ, ਜੇ ਸਕੂਲ 'ਚ ਪੜ੍ਹ ਰਹੇ ਬੱਚੇ ਤੇ ਉਹਨਾਂ ਦਾ ਪੂਰਾ ਸਹਿਯੋਗ ਇਹਨਾਂ ਬੱਚਿਆਂ। ਲੜਕੀਆਂ ਪ੍ਰਤੀ ਲੋਕਾਂ ਨੂੰ ਕੀ ਸੰਦੇਸ਼ ਤੁਸੀਂ ਦੇਣਾ ਚਾਹੁੰਦੇ? ਇਹੀ ਹੈ ਕਿ ਲੜਕੇ ਲੜਕੀ 'ਚ ਫਰਕ ਨਾ ਸਮਝੋ, ਇਹ ਦੋਨੇ ਹੀ ਬਰਾਬਰ ਹੁੰਦੇ ਨੇ,
ये बच्चे दे मन च अंदरों कॉन्फिडेंस है कि मैं मतलब ये काम करना। ਪਿੱਖੀਵਿੰਡ ਤੋਂ ਰਿੰਪਲ ਗੋਲਨ ਦੀ ਰਿਪੋਰਟ। ਜੇਕਰ ਤੁਸੀਂ ਦਰਦ ਦੀਆਂ ਠੋਕਰਾਂ ਖਾ ਕੇ ਅੱਕ ਚੁੱਕੇ ਹੋ ਤਾਂ ਤੁਹਾਨੂੰ ਹੋਰ ਕਿਤੇ ਜਾਣ ਦੀ ਨਹੀਂ ਲੋੜ। ਤੁਹਾਡੀ ਹਰ ਸਮੱਸਿਆ ਦਾ ਹੱਲ ਹੁਣ ਸ਼੍ਰੀ ਸ਼ਾਮ ਜੋਤਿਸ਼ ਕੇਂਦਰ ਫਿਲੌਰ ਵਾਲੇ ਕਰਨਗੇ। ਜਿਵੇਂ ਕਾਰੋਬਾਰ ਵਿੱਚ ਘਾਟਾ, ਘਰ ਵਿੱਚ ਕਲੇਸ਼, ਵਿਦੇਸ਼ ਯਾਤਰਾ ਜਾਂ ਵਿਦੇਸ਼ ਵਿੱਚ ਪੱਕੇ ਹੋਣਾ, ਵਿਆਹ ਜਾਂ ਵਿਆਹ ਵਿੱਚ ਦੇਰੀ ਹੋਣਾ, ਬਿਮਾਰੀ ਤੋਂ ਛੁਟਕਾਰਾ, ਸੰਤਾਨ ਸੁੱਖ, ਪੜ੍ਹਾਈ ਵਿੱਚ ਮਨ ਨਾ ਲੱਗਣਾ, ਮਨਚਾਇਆ ਪਿਆਰ, ਨਸ਼ੇ ਤੋਂ ਛੁਟਕਾਰਾ, ਲਵ ਮੈਰਿਜ ਵਾਸਤੇ ਘਰ ਵਾਲੇ ਨੂੰ ਮਨਾਉਣਾ ਆਦਿ ਸਮੱਸਿਆ ਦਾ ਹੱਲ 100% ਗਰੰਟੀ ਨਾਲ ਪੰਡਿਤ ਰਮੇਸ਼ ਕੁਮਾਰ ਜੀ ਵੱਲੋਂ ਕੀਤਾ ਜਾਂਦਾ ਹੈ। ਇੱਥੇ ਗੰਢਮੁੱਲ ਪੂਜਾ, ਮੰਗਲਿਕ ਪੂਜਾ ਅਤੇ ਡੇਵਾ ਵੀ ਬਣਾਇਆ ਜਾਂਦਾ ਹੈ। ਫਿਰ ਦੇਰ ਕਿਉਂ, ਤੁਸੀਂ ਰੋਂਦੇ ਹੋਏ ਆਓਗੇ ਤੇ ਹੱਸਦੇ ਹੋਏ ਜਾਓਗੇ। ਪਤਾ ਨੋਟ ਕਰੋ, ਸ਼੍ਰੀ ਸ਼ਾਮ ਜੋਤਿਸ਼ ਕੇਂਦਰ ਨਜ਼ਦੀਕ ਸਚਦੇਵਾ ਆਟੋ ਫਿਲੌਰ, ਜ਼ਿਲ੍ਹਾ ਜਲੰਧਰ। ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰੋ, ਫੋਨ ਨੰਬਰ 81 467 47 448।